ਜਿਦੋਂ ਤੱਕ ਮੰਡੀਆਂ ਦੇ ਪ੍ਰਬੰਧ ਦੀ ਗੱਲ ਆ ਬਿਲਕੁਲ ਅਧੂਰੇ ਆ ਬਿਲਕੁਲ ਕਿਸੇ ਕਿਸਮ ਦੀ ਕੋਈ ਇੱਥੇ ਸਿਪਾਈ ਨਹੀਂ ਹੋਈ ਕੋਈ ਨਹੀਂ ਜੀ ਉੱਥੋਂ ਬੈਠੇ ਆਰਡਰ ਦੇ ਦਿੰਦੇ ਆ ਕੋਈ ਆਫਸਰ ਨਹੀਂ ਆਇਆ ਕੋਈ ਇਨਸਪੈਕਟਰ ਨਹੀਂ ਆਇਆ ਕਿਸੇ ਨੂੰ ਹੈ ਨਹੀਂ ਇੱਥੇ ਅਵੇਲੋ ਰੂੜੀਆਂ ਦੇ ਕਾਮ ਦਾ ਹਾਲ ਆ ਹੀ ਪੰਜਾਬ ਵਿੱਚ 1 April ਤੋਂ ਜਿਹੜੀ ਕਣਕ ਦੀ ਖਰੀਦ ਆ ਉਹ ਸ਼ੁਰੂ ਹੋ ਚੁੱਕੀ ਹੈ ਵੱਖ-ਵੱਖ ਮੰਡੀਆਂ ਦੇ ਵਿੱਚ ਜਿਹੜੀ ਕਣਕ ਆ ਉਹ ਆਉਣੀ ਸ਼ੁਰੂ ਹੋ ਗਈ ਹੈ ਜੇ ਮੋਗਾ ਦੀ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਮੰਡੀ ਵਿੱਚ ਵੀ ਜਿਹੜੀ ਕਣਕ ਆ ਉਹਦੀ ਆਮਦ ਜਿਹੜੀ ਸ਼ੁਰੂ ਹੋ ਚੁੱਕੀ ਹੈ ਜੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਜਿਹੜੀਆਂ ਦਾਣਾ ਮੰਡੀਆਂ ਬਣੀਆਂ ਨੇ ਕਣਕ ਜਿੱਥੇ ਲੈਣੀ ਆ ਕਿਸਾਨਾਂ ਦੀ ਕਣਕ ਤੋਲੀ ਜਾਣੀ ਆ ਉਹਨਾਂ ਮੰਡੀਆਂ ਵਿੱਚ ਅਜੇ ਤੱਕ ਜਿਹੜੀ ਸਫਾਈ ਦੇ ਪ੍ਰਬੰਧ ਆ ਉਹ ਬਿਲਕੁਲ ਅਧੂਰੇ ਪਏ ਨੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਕੋਈ ਜਿਹੜੀ ਸਫਾਈ ਦਾ ਪ੍ਰਬੰਧ ਨਹੀਂ ਵੱਡੇ ਪੱਧਰ ਤੇ ਜਿਹੜੀਆਂ ਰੂੜੀਆਂ ਨੇ ਉਹ ਅਜੇ ਵੀ ਲੱਗੀਆਂ ਦੇਖਣ ਨੂੰ ਮਤ ਰਹੀਆਂ ਨੇ ਤੇ ਇਹ ਗੱਲਬਾਤ ਕਰਾਂਗੇ ਪਿੰਡ ਦੇ ਸਾਡੇ ਨਾਲ ਲੋਕ ਨੇ ਸਰ ਜਿਹੜੀ ਮੰਡੀਆਂ ਦੀ ਗੱਲ ਕੀਤੀ ਆਵੇ ਤਾਂ ਕਿਸ਼ਨਪੁਰਾ ਮੰਡੀ ਦੇ ਵਿੱਚ ਖੜੇ ਹਾਂ ਅਜੇ ਤੱਕ ਜਿਹੜੇ ਪ੍ਰਬੰਧ ਆ ਅਧੂਰੇ ਦੇਖਣ ਨੂੰ ਮਤ ਜਿਥੋਂ ਤੱਕ ਮੰਡੀਆਂ ਦੇ ਪ੍ਰਬੰਧ ਦੀ ਗੱਲ ਆ ਬਿਲਕੁਲ ਅਧੂਰੇ ਆ ਬਿਲਕੁਲ ਕਿਸੇ ਕਿਸਮ ਦੀ ਕੋਈ ਇੱਥੇ ਸਪਾਈ ਨਹੀਂ ਹੋਈ ਬਿਲਕੁਲ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਪਿਆ ਨਾ ਕੋਈ ਬਾਰਦੰਨਾ ਦਾ ਪ੍ਰਬੰਧਾ ਨਾ ਪਤਾ ਨਹੀਂ ਅਜੇ ਤੱਕ ਕਿਸੇ ਇੱਥੇ ਇਨਸਪੈਕਟਰ ਦੀ ਵੀ ਡਿਊਟੀ ਲੱਗੀ ਕਿ ਨਹੀਂ ਅਜੇ ਤੱਕ ਕੋਈ ਤੁਹਾਨੂੰ ਦੇਖ ਹੀ ਰਹੇ ਆ ਤੁਸੀਂ ਆ ਸਾਹਮਣੇ ਵੀ ਕੋਈ ਇੱਥੇ ਆਇਆ ਜਾਂ ਨਹੀਂ ਕੋਈ ਕੰਮ ਚੱਲਿਆ ਕਿ ਨਹੀਂ ਸਾਨੂੰ ਕੈਮਰਾਮੈਨ ਨੂੰ ਕਹੂੰਗਾ ਮੈਂ ਦਿਖਾ ਦੇਣ ਸਭ ਇਹ ਕਿਦਾਂ ਕੋਈ ਦੇ ਢੇਰ ਲੱਗੇ ਹੋਏ ਆ ਜਿੱਥੋਂ ਤੱਕ ਮੁੱਖ ਮੰਤਰੀ ਜੀ ਦੀ ਗੱਲ ਦਾ ਸਵਾਲ ਆ ਉਹਨਾਂ ਦਾ ਹਰਾ ਪੈਨ ਜਿਹੜਾ ਉਹ ਕਿਸਾਨਾਂ ਲਈ ਜਾਂ ਹੋਰ ਐਲਾਨ ਕਰਦਾ ਉਹ ਤਾਂ ਇੱਕ ਮਜ਼ਾਕ ਬਣ ਕੇ ਰਹਿ ਗਿਆ ਵਾ ਸਿਰਫ ਉਹ ਕਾਗਜ਼ਾਂ ਦੇ ਵਿੱਚ ਐਲਾਨੀਆਂ ਮੁੱਖ ਮੰਤਰੀ ਆ ਇੱਕ ਉਹ ਕਾਗਜ਼ਾਂ ਦੇ ਵਿੱਚ ਐਲਾਨ ਕਰ ਦਿੰਦਾ ਗਰਾਊਂਡ ਲੈਵਲ ਤੇ ਕਿਸੇ ਕਿਸਮ ਦਾ ਉਹਨਾਂ ਕੋਈ ਕਿਸੇ ਕਿਸਮ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਨਾ ਹੀ ਉਹਨਾਂ ਦੀ ਗੱਲ ਤੇ ਕੋਈ ਗੌਰ ਕਰਦਾ ਲੱਗਦਾ ਐ ਆ ਵੀ ਮੁੱਖ ਮੰਤਰੀ ਇੱਕ ਮਜ਼ਾਕੀਆ ਬਣ ਕੇ ਰਹਿ ਚੁੱਕਿਆ ਵਾ ਜਿੱਥੋਂ ਤੱਕ ਮੈਂ ਕਿਸ਼ਨਪੁਰਾ ਮੰਡੀ ਦੀ ਗੱਲ ਕਰਾਂ ਇੱਥੇ ਅਜੇ ਤੱਕ ਬਿਲਕੁਲ ਸਫਾਈ ਦੇ ਕੰਮ ਬਿਲਕੁਲ ਸ਼ੁਰੂ ਵੀ ਨਹੀਂ ਕੀਤਾ ਪੂਰੇ ਦਾ ਕੀ ਹੋਣੇ ਆ ਨਾ ਕੋਈ ਬਾਰਦਾਨੇ ਦਾ ਪ੍ਰਬੰਧ ਆ ਬਿਜਲੀ ਪਾਣੀ ਜਾਂ ਸਫਾਈ ਦਾ ਜਾਂ ਲਾਈਟਾਂ ਦਾ ਬਿਲਕੁਲ ਕੰਮ ਅਧੂਰਾ ਪਿਆ ਵਾ ਜਿਵੇਂ ਗੱਲ ਕੀਤੀ ਜਾਵੇ ਤਾਂ ਕਣਕ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਵਾਢੀ ਸ਼ੁਰੂ ਹੋ ਚੁੱਕੀ ਆ ਤੇ ਇੱਕ ਦੋ ਦਿਨਾਂ ਦੇ ਵਿੱਚ ਮੰਡੀ ਚ ਆ ਜੂਗੀ ਪਰ ਕਿਸਾਨ ਲਾਉਣਗੇ ਕਿੱਥੇ ਕੋਈ ਥਾਂ ਨਹੀਂ ਦੇਖੋ ਜੇ ਕਿਸਾਨਾਂ ਦੀ ਗੱਲ ਕਰਾਂ ਕਿਸਾਨ ਤਾਂ ਪਹਿਲਾਂ ਹੀ ਮੌਸਮ ਦੀ ਮਾਰ ਹੇਠ ਬਹੁਤ ਵੱਡਾ ਮਾਰ ਚੱਲ ਰਿਹਾ ਮੌਸਮ ਦੀ ਤੇ ਉੱਪਰੋਂ ਸਰਕਾਰ ਦੀ ਆਣ ਦੇਖੀ ਤਾਂ ਉਹਨਾਂ ਤੇ ਬਹੁਤ ਵੱਡਾ ਮਾੜਾ ਅਸਰ ਪਊਗਾ ਉਹਨਾਂ ਪ੍ਰਬੰਧ ਬਿਲਕੁਲ ਅਧੂਰੇ ਆ ਸਰਕਾਰ ਨੂੰ ਚਾਹੀਦਾ ਵਾ ਤੁਰੰਤ ਅਫਸਰਾਂ ਦੀ ਡਿਊਟੀ ਲਾਵੇ ਤੇ ਜਿਹੜੇ ਨਕਲੀ ਕੀਤੀ ਅਫਸਰਾਂ ਨੇ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਬਣਦੀ ਜਵਾਬਦੇਹੀ ਕੀਤੀ ਜਾਵੇ ਉਹਨਾਂ ਦੀ ਮੰਨ ਨਹੀਂ ਕੀਤੇ ਸਰ ਜੀ ਜੇ ਗੱਲ ਕੀਤੀ ਜਾਵੇ ਮੰਡੀ ਦੇ ਹਾਲਾਤ ਆ ਕਣਕਾਂ ਜਿਹੜੀ ਕੱਲ ਤੋਂ ਜਿਹੜੀ ਸ਼ੁਰੂ ਹੋ ਜਾਣੀ ਆਉਣੀ ਜਿਹੜੇ ਵੱਖ-ਵੱਖ ਕਿਸਾਨਾਂ ਵੱਲੋਂ ਜਿਹੜੀ ਕਣਕ ਵੱਢਣੀ ਸ਼ੁਰੂ ਕਰ ਦਿੱਤੀ ਗਈ ਪਰ ਹਜੇ ਰੂੜੀਆਂ ਉਵੇਂ ਹੀ ਆ ਕੋਈ ਹਾਲਾਤ ਨਹੀਂ ਕੋਈ ਨਹੀਂ ਜੀ ਉੱਥੋਂ ਬੈਠੇ ਆਰਡਰ ਦੇ ਦਿੰਦੇ ਆ ਕੋਈ ਅਫਸਰ ਨਹੀਂ ਆਇਆ ਕੋਈ ਇਨਸਪੈਕਟਰ ਨਹੀਂ ਆਇਆ ਕਿਸੇ ਨੂੰ ਹੈ ਨਹੀਂ ਇੱਥੇ ਅਵੇਲੋ ਰੂੜੀਆਂ ਦੇ ਕੰਮ ਦਾ ਹਾਲ ਹੀ ਆ ਵੀ ਦਿਖਾ ਰਹੇ ਹੋ ਜਾਂ ਦਾਅਵੇ ਕੀਤੇ ਹੋਏ ਆ ਜਿਵੇਂ ਖੋਖਲੇ ਆ ਕਿਸੇ ਗੱਲ ਤੋਂ ਨਹੀਂ ਇੱਕ ਤਰੀਕ ਤੋਂ ਐਲਾਨ ਹੋਇਆ ਹੋਇਆ ਵਾ ਕੋਈ ਇੱਥੇ ਪ੍ਰਬੰਧ ਨਹੀਂ ਕੋਈ ਸਹਾਸਪੈਦਾ ਨਹੀਂ ਕੋਈ ਲੈਟ ਦਾ ਨਹੀਂ ਕੋਈ ਵਾਰਦਾਨੇ ਦਾ ਨਹੀਂ ਕੋਈ ਇਨਸਪੈਕਟਰ ਆ ਕੇ ਸਿੱਧਾ ਨਹੀਂ ਮਰਿਆ ਆ ਵੇ ਲੋਹਲਾਤ ਬਹੁਤ ਗੰਭੀਰ ਆ ਬਾਕੀ ਰਿੰਦੇ ਖੁੰਦੇ ਰੱਬ ਨੇ ਮਾਰ ਮਾਰਤੀ ਤੇ ਹੁਣ ਜਿਹੜੀ ਕਮੜੀ ਮੁੱਟੀ ਆਉਣੀ ਹੈ ਕਣਕ ਵਿਚਾਰਿਆਂ ਦੀ ਕਿਸਾਨਾਂ ਦੀ ਉਹ ਆ ਕੀ ਕਿੱਥੇ ਲਿਆ ਕੇ ਰੱਖਣਗੇ ਹੋਰ ਆਪਦੇ ਆਪ ਦੇ ਘਰੇ ਲਾ ਕੇ ਲਾਉਣਗੇ ਉਹ ਕਣਕਾ ਬਹੁਤ ਮੰਦਾ ਹਾਲ ਹੋਇਆ ਪਿਆ ਕੋਈ ਇੱਥੇ ਆ ਕੇ ਨਹੀਂ ਵੜਦਾ ਮੰਡੀ ਚ ਤਾਂ ਵੇਖ ਲਓ ਕੋਈ ਦੀਆਂ ਢੇਰੀਆਂ ਲੱਗੀਆਂ ਕਾ ਆਉ ਗਿਆ ਪਿਆ ਵਾ ਮਸ਼ੀਨਾਂ ਤਾਂ ਇੱਕ ਦਿਨ ਚ ਚੱਲਣ ਵਾਲੀਆਂ ਜੀ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸਾਡੇ ਜਿਹੜੇ ਪ੍ਰਬੰਧ ਆ ਮੁਕੰਮਲ ਹੋ ਚੁੱਕੇ ਆ ਆ ਵੇਖਣ ਆ ਕੇ ਮੁੱਖ ਮੰਤਰੀ ਸਾਹਿਬ ਆ ਕੇ ਇਹ ਗਿੜਾ ਦਾ ਮਾਰ ਨਹੀਂ ਇਥੇ ਕੀ ਪ੍ਰਬੰਧ ਆ ਰੂੜੀਆਂ ਤੇ ਲਾਉਣੀਆਂ ਕਰਨ ਕੀ ਆ ਕਿਨੇ ਕਿਡੇ ਘਾਹ ਹੋਏ ਪਏ ਇਥੇ ਖੜੇ ਖੜਿਆ ਤਾਂ ਜਾਂਦਣੀ ਕਰਨ ਕਿ ਲਾਉਣਗੇ ਕਿੱਥੇ ਇਹ ਕਿਸਾਨ ਵਿਚਾਰੇ ਜਿਵੇਂ ਲਾਈਟਾਂ ਦਾ ਪ੍ਰਬੰਧ ਕੀਤਾ ਹੋਏ ਲਾਈਟਾਂ ਦਾ ਵੀ ਕੋਈ ਦੇਖਣ ਨੂੰ ਨਹੀਂ ਲਾਈਟ ਲੱਗ ਨਾ ਨਾ ਹਜੇ ਕੋਈ ਆਇਆ ਹੀ ਨਹੀਂ ਜੀ ਇਥੇ ਲੇਟਾਂ ਲੂਟਾਂ ਕੀ ਹੋਣੀਆਂ ਵਾ ਕੀ ਮੰਗ ਕਰਦੇ ਮੰਗ ਇਹੀ ਕਰਦੇ ਆ ਛੇਤੀ ਛੇਤੀ ਸਪਾਈ ਹੋਵੇ ਇਹਦੀਆਂ ਲੇਟਾਂ ਲੂਟਣ ਲੱਗੇ ਵਾਰਦਾਨ ਆਵੇ ਇੱਥੇ ਅਫਸਰ ਉਹਨਾਂ ਗੇੜਾ ਮਾਰਨ ਬਾਕੀ ਰਹਿੰਦੀ ਖੁੰਦੀ ਕਨਕ ਤਾਂ ਉਹੀ ਤਬਾਹ ਹੋਈ ਪਈ ਆ ਜੀ ਤੇ ਜਿਹੜੇ ਮੀਮੂ ਪਿਆਵਾ ਉਹਦੇ ਨਾਲ ਵੀ ਪੈਸੇ ਲੋਕਾਂ ਨੂੰ ਮਦਦ ਕੀਤੀ ਜਾਵੇ ਸਰਕਾਰਲੀੋਂ ਇਹ ਮੰਗ ਕਰਦੇ ਆ ਅਜੇ ਤੱਕ ਮੁਆਵਜ਼ਾ ਮਿਲਿਆ ਨਹੀਂ ਕਿ ਕੋਈ ਨਹੀਂ ਕੋਈ ਨਹੀਂ ਮਿਲਿਆ ਜੀ ਡਿਊਟੀ ਲੱਗੀ ਆ ਵੇਖੋ ਅਫਸਰ ਜਾ ਕੇ ਲੇਖ ਦੇ ਕਣੀ ਲੇਖ ਦੇ ਤਾਂ ਕਿਸਾਨ ਵੀਰ ਪਹਿਲੇ ਰੱਬ ਦਾ ਮਾਰਿਆ ਹੋਇਆ ਵਾ ਠੀਕ ਆ ਜਿੰਨੀ ਵੀ ਹੈਗੀ ਵਿਚਾਰਿਆਂ ਕੋਲੇ ਛੇਤੀ ਛੇਤੀ ਭਰੀ ਜਾਵੇ ਕਨਕ ਕਿਸਾਨ ਵੀਰ ਵਿਹਲੇ ਹੋਣ ਏ ਸੀ ਕੇ ਪਿੰਡ ਦੇ ਕਿਸਾਨ ਜਿਨ੍ਹਾਂ ਨੇ ਕਿਹਾ ਕਿ ਜਿਹੜੀ ਮੰਡੀ ਆ ਮੰਡੀ ਦੇ ਵਿੱਚ ਕਣਕ ਆ ਇੱਕ ਦੋ ਦਿਨਾਂ ਦੇ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਇਸ ਮੰਡੀ ਦੇ ਵਿੱਚ ਨਹੀਂ ਆਇਆ ਨਾ ਅਜੇ ਤੱਕ ਕੋਈ ਜਿਹੜੇ ਪ੍ਰਬੰਧ ਆ ਕੀਤੇ ਗਏ ਲਗਾਤਾਰ ਜਿਹੜੇ ਕਿਸਾਨ ਉਹ ਮੰਗ ਕਰ ਰਹੇ ਨੇ ਕਿ ਜਿਹੜੀ ਇਸ ਮੰਡੀ ਦੀ ਸਫਾਈ ਕੀਤੀ ਜਾਵੇ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਕਣਕ ਦੀ ਆਮਦਾ ਸ਼ੁਰੂ ਹੋ ਜਾਣੀ ਆ ਵੱਡੇ ਵੱਡੀਆਂ ਢੂ ਜਿਹੜੇ ਰੂੜੀਆਂ ਦੇ ਢੇਰ ਆ ਪਾਥੀਆਂ ਦੇ ਢੇਰ ਆ ਉਹ ਦਿਖਾਈ ਦੇ ਰਹੇ ਨੇ ਪਰ ਅਜੇ ਤੱਕ ਕੋਈ ਵੀ ਜਿਹੜਾ ਕਰਮਚਾਰੀ ਆ ਉਹ ਸਫਾਈ ਕਰਵਾਉਣ ਤੱਕ ਇੱਥੇ ਨਹੀਂ ਆਇਆ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੋਇਆ ਹੁਣ ਦੇਖਣਾ ਇਹ ਹੋਵੇਗਾ ਖਬਰ ਨਸਰ ਹੋਣ ਤੋਂ ਬਾਅਦ ਜਿਹੜੇ ਅਧਿਕਾਰੀਆਂ ਦੇ ਕੰਨਾਂ ਤੇ ਜੂ ਸਰਕਦੀਏ ਜਾਂ ਫਿਰ ਇਸੇ ਤਰ੍ਹਾਂ ਹੀ ਜਿਹੜੇ ਅਧਿਕਾਰੀ ਆ ਉਹ ਨਕਲੀ ਵੱਤ ਦੇ ਰਹਿਣਗੇ ਤੇ ਕਿਸਾਨਾਂ ਨੂੰ ਇਸੇ ਤਰ੍ਹਾਂ ਹੀ ਖੇਤ ਜਲ ਖਰਾਬ ਹੋਣਾ ਪਵੇਗਾ ਕੈਮਰਾਮੈਨ ਹਰਪਾਲ ਦੇ ਨਾਲ ਸਰਜੀਤ ਸਿੰਘ ਰੋਲੀ